ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜਿਹੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ 60 ਤੋਂ ਜ਼ਿਆਦਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਪੁਲਿਸ ਨੇ ਇਹਨਾਂ ਦੋਸ਼ੀਆਂ ਕੋਲੋਂ 50 ਤੋਂ ਜ਼ਿਆਦਾ ਮੋਬਾਈਲ ਅਤੇ 6 ਮੋਟਰਸਾਈਕਲ ਰਿਕਵਰ ਕੀਤੇ ਨੇ। ਦੱਸ ਦੇ ਕਿ ਇਹਨਾਂ ਦੋਸ਼ੀਆਂ ਉੱਤੇ ਕਤਲ ਕੇਸ ਦੇ ਵੀ ਮਾਮਲੇ ਦਰਜ ਨੇ। ਸੀਆਈਏ ਰੋਪੜ ਅੰਡਰ ਦ ਸੁਪਰਵਿਜ਼ਨ ਆਫ ਡੀਐਸਪੀ ਡੀ ਇਹਨਾਂ ਨੇ 5 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ। 5 ਤੇ 5 ਪਟਿਆਲੇ ਦੇ ਰਹਿਣ ਵਾਲੇ ਹਨ, ਪਟਿਆਲਾ ਸ਼ਹਿਰ ਦੇ, ਅਤੇ ਪਿਛਲੇ 3 ਸਾਲਾਂ ਤੋਂ ਇਹ ਘੱਟੋ ਘੱਟ 60+ ਸਨੈਚਿੰਗਸ ਇਨਵੋਲਵਡ ਹੈ। 50 ਮੋਬਾਈਲ ਰਿਕਵਰ ਹੋਏ ਹੈ ਇਹਨਾਂ ਤੋਂ, ਅਤੇ 6 ਚੋਰੀ ਦੇ ਮੋਟਰਸਾਈਕਲ, ਅਤੇ ਜ਼ਿਆਦਾਤਰ ਟਾਰਗੇਟ ਇਹਨਾਂ ਨੇ ਪਟਿਆਲਾ, ਖੰਨਾ, ਫਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ ਅਤੇ ਨੈਣਾ ਦੇਵੀ ਏਰੀਆ ਹਿਮਾਚਲ ਦਾ, ਬਿਲਾਸਪੁਰ ਦਾ, ਇੱਥੇ ਟਾਰਗੇਟ ਕਰਦੇ ਸੀਗੇ। ਜ਼ਿਆਦਾਤਰ ਟਾਰਗੇਟ ਜਿਹੜੇ ਹੁੰਦੇ ਸੀਗੇ ਉਹ ਸ਼ਰਧਾਲੂ ਜਾਂ ਜਿਹੜੇ ਰਾਤ ਨੂੰ ਲੋਕ ਨਿਕਲਦੇ, ਕੋਈ ਵਾਕ ਕਰਨ ਨਿਕਲਾ ਜਾਂ ਕੋਈ ਚੱਲਦਾ ਚੱਲਦਾ ਮੋਬਾਈਲ ਸੁਣ ਰਿਹਾ, ਟੂ ਵੀਲਰ ਨੂੰ ਟਾਰਗੇਟ। ਕੁੱਲ ਮਿਲਾ ਕੇ ਕਿੰਨੀ ਕੁ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕੀ ਢੰਗ ਸੀ? ਹੁਣ ਤੱਕ ਤਾਂ 60+ ਤਾਂ ਡਾਕੂਮੈਂਟਡ ਹੈਗੀ ਆ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਹੋਰ ਵੀ ਆ ਜਾਣਗੇ ਸਾਹਮਣੇ। ਇਹਨਾਂ ਦੇ ਆਲਰੇਡੀ ਪਹਿਲਾਂ ਵੀ ਕੋਈ ਹੈ ਸਰ ਸਨੈਚਿੰਗ ਦਾ? ਸਨੈਚਿੰਗ ਦੇ ਪਰਚੇ ਹੈਗੇ ਇਹਨਾਂ 'ਤੇ, 302 ਦੇ ਵੀ ਹੈ, ਅਟੈਂਪਟ ਟੂ ਮਰਡਰ ਵੀ ਹੈ ਪਟਿਆਲਾ 'ਚ ਹੈ। ਇਹ ਮੁੰਡੇ ਕੌਣ ਨੇ ਸਰ, ਕਿਸ ਤਰ੍ਹਾਂ ਦੇ? ਇਹਨਾਂ ਦੀ ਅੰਡਰ ਮੈਟ੍ਰਿਕ ਹੈ, ਪੇਰੈਂਟਸ ਇਹਨਾਂ ਦੇ ਡੇਲੀ ਵੇਜ ਅਰਨਰਸ ਹੈ ਅਤੇ ਬੇਰੁਜ਼ਗਾਰ ਹੋਣੇ ਸਾਰੇ, ਬੇਰੁਜ਼ਗਾਰ। ਹੁਣ ਸਰ ਕੀ ਸਟੇਟਸ ਹੈ ਗ੍ਰਿਫਤਾਰ ਕਰਨ ਤੋਂ ਅੱਗੇ? ਕੀ ਸਟੇਟਸ? ਤਾਂ ਰਿਮਾਂਡ, ਪੁਲਿਸ ਰਿਮਾਂਡ ਲਿੱਤਾ ਆਪਾਂ।